ਆਰਤੀ ਸਟੇਟ ਬੈਂਕ ਚਾਲੂ ਵਿੱਤੀ ਸਾਲ ਵਿੱਚ ਦੇਸ਼ ਭਰ ਵਿੱਚ 300 ਨਵੀਆਂ ਸ਼ਾਖਾਵਾਂ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ ਇਸ ਸਮੇਂ ਦੇਸ਼ ਵਿੱਚ ਬੈਂਕ ਦੀਆਂ 22405 ਸ਼ਾਖਾਵਾਂ ਨੇ ਬੈਂਕ ਦੀਆਂ ਵਿਦੇਸ਼ਾਂ ਵਿੱਚ 235 ਸ਼ਾਖਾਵਾਂ ਤੇ ਦਫ਼ਤਰ ਕੰਮ ਕਰ ਰਹੇ ਨੇ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਈ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 16484 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਬੈਂਕ ਦਾ ਮੁਨਾਫਾ 608 ਕਰੋੜ ਰੁਪਏ ਸੀ